ਨੀਟ ਘਟਾਲੇ ਦਾ ਦੇਸ਼ ਦੇ ਸਟੂਡੈਂਟਾਂ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ। ਐਨਡੀਏ ਸਰਕਾਰ ਨੀਟ ਹੋਏ ਘਟਾਲੇ ਦੇ ਵਿਦਿਆਰਥੀਆਂ ਨੂੰ ਇਨਸਾਫ ਦਿਓ, ਇਨਸਾਫ ਦਿਓ, ਇਨਸਾਫ ਦਿਓ। ਐਨਡੀਏ ਸਰਕਾਰ ਮੁਰਦਾਬਾਦ, ਐਨਡੀਏ ਸਰਕਾਰ ਮੁਰਦਾਬਾਦ, ਐਨਡੀਏ ਸਰਕਾਰ ਮੁਰਦਾਬਾਦ, ਐਨਡੀਏ ਸਰਕਾਰ ਮੁਰਦਾਬਾਦ। ਐਨਡੀਏ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਆ ਕੀ ਹੋਇਆ? ਮੋਦੀ ਮੋਇਆ। ਆ ਕੀ ਹੋਇਆ? ਮੋਦੀ ਮੋਇਆ। ਹਾਂਜੀ ਮੋਦੀ ਸਾਹਿਬ, ਅੱਜ ਤੁਸੀਂ ਯੂਥ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਵਾ, ਜਿਹੜਾ ਬੁੱਲਾ ਪੁੱਜਿਆ ਵਾ, ਕਿੱਦਾਂ ਦੇਖੀ? ਅੱਜ ਜੋ ਅਸੀਂ ਕਪੂਰਥਲਾ ਆਮ ਆਦਮੀ ਪਾਰਟੀ ਦੀ ਯੂਥ ਦੀ ਟੀਮ ਹੈ, ਇਹਦੇ ਵੱਲੋਂ ਜੋ ਅੱਜ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਦੀ ਮੋਦੀ ਸਰਕਾਰ ਔਰ ਐਨਡੀਏ ਸਰਕਾਰ ਦੇ ਖਿਲਾਫ, ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਲਗਭਗ 25 ਲੱਖ ਵਿਦਿਆਰਥੀਆਂ ਨੇ ਜਿਹੜਾ ਨੀਟ ਦਾ ਪੇਪਰ, ਜਿਹੜਾ ਇਗਜ਼ਾਮ ਜਿਹੜਾ ਉਹ ਆਪਣਾ ਜਿਹੜਾ ਦਿੱਤਾ ਸੀਗਾ, ਜਿਹਦੇ ਵਿੱਚ ਇੱਕ ਬਹੁਤ ਵੱਡੀ ਧਾਂਦਲੀ ਜਿਹੜੀ ਦੇਸ਼ ਦੇ ਵਿੱਚ ਦੇਖਣ ਨੂੰ ਮਿਲੀ ਆ, ਔਰ ਇਹਦੇ ਵਿੱਚ ਧਾਂਦਲੀ ਤੋਂ ਬਾਅਦ ਜਿਹੜਾ ਬਹੁਤ ਸਾਰੇ ਜਿਹੜਾ ਨੌਜਵਾਨ ਸੀਗੇ ਉਹਨਾਂ ਨੇ ਸੁਸਾਈਡ ਵੀ ਕੀਤੇ, ਔਰ ਬੜੇ ਇਹਦੇ ਮਾੜੇ ਨਤੀਜੇ ਜਿਹੜੇ ਦੇਸ਼ ਦੇ ਵਿੱਚ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਉਸ ਸੰਬੰਧ ਦੇ ਵਿੱਚ ਜਿਹੜਾ ਯੂਥ ਦੇ ਵਿੱਚ ਬੜਾ ਇੱਕ ਆਕਰੋਸ਼ ਸੀਗਾ, ਤੇ ਉਸ ਆਕਰੋਸ਼ ਦੇ ਕਾਰਨ ਅਸੀਂ ਜਿਹੜਾ ਅੱਜ ਐਨਡੀਏ ਸਰਕਾਰ ਜਿਹੜਾ ਪੁਤਲਾ ਹੋਇਆ ਸੀ ਇੱਥੇ ਕਪੂਰਥਲੇ ਵਿੱਚ ਜਿਹੜਾ ਫੂਕਿਆ। ਇਸ ਤਰ੍ਹਾਂ ਦੇਖਦੇ ਹੋ ਜਿੱਦਾਂ ਕਿ ਲੀਕ ਹੋਏ ਪੇਪਰ ਦੇਖੋ ਜੀ, ਇਹਦੇ ਵਿੱਚ ਸਟੂਡੈਂਟਾਂ ਦੀ ਮੈਂ ਸਮਝਦਾ ਘੱਟ ਗਲਤੀ ਆ, ਜਿਹੜਾ ਸਿਸਟਮ ਜਿਹੜਾ ਬਣਿਆ ਹੋਇਆ ਉਹਦੀ ਜ਼ਿਆਦਾ ਇਹਦੇ ਵਿੱਚ ਗਲਤੀ ਆ, ਤੇ ਕੁਛ ਸਰਮਾਏਦਾਰ ਲੋਕਾਂ ਨੂੰ ਜਾਂ ਕੁਛ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕਰਕੇ ਜਿਹੜਾ ਗਰੀਬ ਤੇ ਜਿਹੜੇ ਮਾੜੇ ਤਬਕੇ ਦੇ ਬੱਚੇ ਹੁੰਦੇ ਆ ਉਹਨਾਂ ਦਾ ਭਵਿੱਖ ਜਿਹੜਾ ਉਹ ਦਾਅ ਤੇ ਲਾ ਦਿੰਦੇ ਆ ਜੀ। ਕੁਛ ਭ੍ਰਿਸ਼ਟ ਅਫਸਰ ਤੇ ਕੁਛ ਭ੍ਰਿਸ਼ਟ ਮੰਤਰੀ, ਕੁਛ ਜਿਹੜਾ ਅਫਸਰਸ਼ਾਹੀ ਤੰਤਰ ਜਿਹੜਾ ਰਲ ਕੇ ਉਹਨਾਂ ਦੀ ਬਲੀ ਜਿਹੜਾ ਬੱਚਿਆਂ ਦੀ ਬਲੀ ਜਿਹੜਾ ਉਹ ਦੇ ਦਿੰਦੇ ਆ ਜੀ। ਮੋਮੀ ਸਾਹਿਬ, ਦਿੱਲੀ ਵਿੱਚ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਸਾਹਿਬ ਜੇਲ੍ਹ ਵਿੱਚ ਨੇ, ਜਿਹੜੇ ਅੱਜ ਤੱਕ ਬਾਹਰ ਨਹੀਂ ਆ ਰਹੇ। ਐਨਡੀਏ ਦਾ ਵੱਡਾ ਘੁਟਾਲਾ ਵਾ, ਕੀ ਤੁਹਾਡਾ ਦੇਸ਼ ਪੱਧਰ ਤੇ ਵਿਦਰੋਹ ਹੋਏਗਾ? ਕਿਸ ਸੰਬੰਧ ਦੇ ਵਿੱਚ? ਜਿਹੜਾ ਨੀਟ ਦਾ ਘੁਟਾਲਾ ਆ, ਨੀਟ ਦੇ ਘੁਟਾਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਹੈ ਜੀ, ਪਿਛਲੇ ਦਿਨੀ ਵੀ ਔਰ ਦਿੱਲੀ ਦੇ ਵਿੱਚ ਵੀ ਕੀਤਾ ਹੈ ਜੀ। ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਐਡਾ ਵੱਡਾ ਜਿਹੜਾ ਗੋਲਮਾਲ ਹੋਇਆ ਵਾ ਦੇਸ਼ ਅੰਦਰ, ਜਿਹੜੇ ਹੁਣ ਸਾਡੇ ਭਵਿੱਖ 'ਚ ਬੱਚੇ ਆ, ਉਹ ਕਿਸ ਤਰ੍ਹਾਂ ਦੇਖਣਗੇ ਆਪਣੀ ਪੜ੍ਹਾਈ ਨੂੰ? ਦੇਖੋ ਜੀ, ਇਹ ਬੜਾ ਇੱਕ ਮੰਦ, ਮੈਂ ਸਮਝਦਾ ਵੀ ਇੱਕ ਬੜੀ ਸਾਡੀ ਨਾ ਕਹਿ ਸਕਦੇ ਹਾਂ ਵੀ ਬੜੀ ਸਾਡੀ ਇੱਕ ਦੇਸ਼ ਦੀ ਜਿਹੜੀ ਆ ਇਹ ਸਿਸਟਮ ਇੱਦਾਂ ਦਾ ਬਣ ਚੁੱਕਾ ਆ ਵੀ ਹਜੇ ਤੱਕ ਵੀ ਦੇਖੋ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਹਜੇ ਤੱਕ ਵੀ ਨਾ ਤਾਂ ਜਿਹੜਾ ਸਿੱਖਿਆ ਮੰਤਰੀ ਆ ਧਰਮਿੰਦਰ ਪ੍ਰਧਾਨ ਉਹਨੂੰ ਉਹਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਆ, ਨਾ ਉਹਦੇ ਉੱਤੇ ਕੋਈ ਐਕਸ਼ਨ ਲਿੱਤਾ ਗਿਆ, ਔਰ ਨਾ ਹੀ ਜਿਹੜੇ ਕੋਈ ਇਹਦੇ ਵਿੱਚ ਜਿਹੜੇ ਅਫਸਰ ਜਾਂ ਕੋਈ ਆਪਾਂ ਕਹਿ ਲਈਏ ਵੀ ਟੀਚਰ ਜਿਹੜੇ ਇਨਵੋਲਵ ਆ ਯੂਨੀਵਰਸਿਟੀਆਂ ਇਨਵੋਲਵ ਆ ਉਹਨਾਂ ਦੇ ਉੱਤੇ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ, ਔਰ ਇਹ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਆ। ਦੇਖੋ ਜੋ ਪਿਛਲੀ ਜਿਹੜੀ ਨੀਟ ਦੇ ਇਗਜ਼ਾਮ ਦੇ ਵਿੱਚ ਬਹੁਤ ਰਸ਼ ਧਾਰਾ ਹੋਇਆ, ਉਹ ਬੱਚੇ ਵਿਚਾਰੇ ਜਿਹਨਾਂ ਨੇ ਸਾਲਾਂ ਬੱਧੀ ਆਪਣੀ ਮਿਹਨਤ ਕੀਤੀ ਔਰ ਪੈਸੇ ਦਾ ਵੀ ਇੰਨਾ ਖਰਚ ਹੋਇਆ ਤੇ ਉਹ ਪਿੱਛੇ ਰਹਿ ਗਏ, ਔਰ ਦੂਸਰੇ ਬੱਚੇ ਜਿਹਨਾਂ ਨੇ ਆਪਣਾ ਪੇਪਰ ਜਦ ਲੀਕ ਹੋਇਆ ਤੇ ਉਹ ਅੱਗੇ ਆ ਗਏ, ਇਹ ਬਿਲਕੁਲ ਸਟੂਡੈਂਟ ਦਾ ਬੇਇਨਸਾਫੀ ਹੋਈ ਆ। ਇਹਦੇ ਸੰਬੰਧ ਵਿੱਚ ਸਾਰਾ ਯੂਥ ਜਿਹੜਾ ਇਹਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਆ
ਔਰ ਮਤਲਬ ਚਾਹੁੰਦੇ ਕਿ ਉਹਨਾਂ ਬੱਚਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਵਿਦਿਆਰਥੀ ਇੰਨਾ ਚਿਰ ਮਿਹਨਤ ਕਰਦੇ ਉਸ ਤੋਂ ਬਾਅਦ ਕੁਛ ਜਿਹੜੇ ਗੈਰ ਪੜ੍ਹੇ ਤੋਂ ਜਿਹੜੇ ਪਾਸ ਹੋ ਜਾਂਦੇ ਆ ਅਤੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ? ਦੇਖੋ ਉਹ ਤਾਂ ਪੂਰੇ ਸਮਾਜ ਦੇ ਨਾਲ ਖਿਲਵਾੜ ਆ, ਔਰ ਜੇ ਬੱਚੇ ਜਿਹੜੇ ਪੜ੍ਹੇ ਹੋਏ ਆ ਉਹ ਅੱਗੇ ਨਹੀਂ ਆਉਣਗੇ, ਜਿਹੜੇ ਬੱਚਿਆਂ ਨੇ ਮਤਲਬ ਪੜ੍ਹੇ ਨਹੀਂ ਉਹਨਾਂ ਨੇ ਕੀ ਡਾਕਟਰ ਬਣ ਕੇ ਕੀ ਕਰਨਗੇ, ਜਾਂ ਕੋਈ ਮਿਲ ਗਏ ਉਹਦੇ ਤੇ ਜਾ ਕੇ ਕੀ ਕਰਨਗੇ ਜਦੋਂ ਉਹਨਾਂ ਨੇ ਉਹਨਾਂ ਦੀ ਪੜ੍ਹਾਈ ਕੋਈ ਨਹੀਂ ਔਰ ਨੌਲੇਜ ਕੋਈ ਨਹੀਂ। ਤੇ ਇਹਦੇ ਵਿੱਚ ਪੰਜਾਬ ਦੇ ਨਾਲ ਦੇ ਪੂਰੇ ਸਮਾਜ ਦੇ ਨਾਲ ਜਿਹੜਾ ਵਾ ਹਲਵਾਰ ਹੋ ਰਿਹਾ। ਵੱਡਾ ਸਾਹਿਬ, ਦੇਸ਼ ਅੰਦਰ ਐਡਾ ਵੱਡਾ ਘੁਟਾਲਾ ਹੋ ਰਿਹਾ ਵਾ, ਉਹ ਵੀ ਸ਼ਿਕਸ਼ਾ ਨੂੰ ਲੈ ਕੇ, ਤੇ ਤੁਸੀਂ ਕੀ ਸੋਚਦੇ ਹੋ ਆਪਣਾ ਦੇਸ਼ ਕਿੱਧਰ ਜਾ ਰਿਹਾ ਹੈ? ਆਪਣਾ ਦੇਸ਼ ਦੇਖੋ, ਜਦੋਂ ਮਤਲਬ ਸਿੱਖਿਆ ਕਮਜ਼ੋਰ ਹੋਏਗੀ ਤੇ ਸਾਡਾ ਸਾਰਾ ਸਮਾਜ ਕਮਜ਼ੋਰ ਹੋਏਗਾ। ਰਹਿੰਦਾ ਪਿੰਡਾਂ ਮਤਲਬ ਜਿਹੜੇ ਬੱਚੇ ਸਾਡੇ ਪੜ੍ਹ ਵੀ ਜਾਂਦੇ ਆ ਉਹ ਬਾਹਰ ਤੁਰੇ ਜਾ ਰਹੇ ਆ, ਇਹਦੇ ਨਾਲ ਸਾਡਾ ਪੂਰੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਸਰਕਾਰ ਦਾ ਕਿਸ ਤਰ੍ਹਾਂ ਦਾ ਦੇਖਦੇ ਹੋ? ਸਰਕਾਰ ਪੰਜਾਬ ਸਰਕਾਰ ਜੋ ਭਗਵੰਤ ਮਾਨ ਦੀ ਬਣੀ ਹੈ ਉਹਨਾਂ ਦਾ ਦੋ ਤਿੰਨ ਕੰਮ ਮੁੱਢਲੇ ਕੰਮ ਹੀ ਹੋਏ ਸੀ, ਐਜੂਕੇਸ਼ਨ ਔਰ ਹੈਲਥ, ਮਤਲਬ ਉਹਦੇ ਬਾਰੇ ਬਹੁਤ ਵਧੀਆ ਕੰਮ ਕਰ ਰਹੇ ਆ। ਟਾਈਮ ਜ਼ਰੂਰ ਲੱਗਦਾ ਲੇਕਿਨ ਪੰਜਾਬ ਅੱਗੇ ਨੂੰ ਜਾ ਰਿਹਾ ਐਜੂਕੇਸ਼ਨ ਦੇ ਵਿੱਚ। ਵੱਡਾ ਸਾਹਿਬ, ਜੇਕਰ ਗੱਲ ਕਰੀਏ ਆਪਾਂ ਕਪੂਰਥਲੇ ਹਲਕੇ ਦੀ, ਹਲਕੇ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ? ਅਸਲ ਹਲਕੇ ਦੀ ਰਾਜਨੀਤੀ ਠੀਕ ਆ, ਦੇਖੋ ਟਾਈਮ ਲੱਗੇਗਾ ਸਾਰਾ ਠੀਕ ਹੋਣ ਲਈ। ਪਿਛਲੇ ਟਾਈਮ ਦੇ ਵਿੱਚ ਸਾਡੀ ਪਾਰਟੀ ਥੋੜ੍ਹਾ ਜਿਹਾ ਮੈਂ ਕਹਿੰਦਾ ਜ਼ਿਆਦਾ ਇਹਨਾਂ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਉੱਥੋਂ ਲੋਕੀ ਹੋਰ ਜ਼ਿਆਦਾ ਐਕਸੈਪਟ ਕਰਨ ਲੱਗੇ। 17 ਦੀ ਇਲੈਕਸ਼ਨ ਲੜੀ ਸੀਗੀ ਤੇ 20,000 ਪਲੱਸ ਵੋਟ ਦਿੱਤੀ ਸੀ ਤੇ ਅੱਜ 24 ਦੀ ਇਲੈਕਸ਼ਨ ਚ ਮੈਂ ਵੋਟ 10-12,000 ਰਹਿ ਗਈ, ਕੀ ਦੇਖਦੇ ਹੋ ਕੀ ਫਰਕ ਪਿਆ? ਦੇਖੋ ਜਿਹੜੀ ਗੱਲ ਸੱਚ ਨੂੰ ਸੱਚ ਕਹਿਣਾ ਚਾਹੀਦਾ, ਇਹ ਮੇਰਾ ਖਿਆਲ ਹੈ ਕਿ ਸਾਡੇ ਵਰਕਰਾਂ ਵਿੱਚ ਕੁਛ ਕਮੀਆਂ ਰਹੀਆਂ ਹੋਣਗੀਆਂ ਤੇ ਉਹਨਾਂ ਨੂੰ ਵਰਕਰ ਕੇ ਲੀਡਰਾਂ ਚ। ਹਾਂਜੀ, ਵਰਕਰ ਕੇ ਲੀਡਰਾਂ ਚ ਲੀਡਰ ਪਹਿਲਾਂ ਹੁੰਦੇ ਨੇ, ਵਰਕਰਾਂ ਤੋਂ ਵਿਚਾਰੇ ਨੇ ਨਾਲ ਚੱਲਣਾ ਨਾ, ਲੀਡਰਾਂ ਨੇ ਤਾਂ ਸਿਹਤ ਲੀਡਰਾਂ ਦੇਣੀ ਹੈ, ਜੇ ਸਾਡੇ ਲੀਡਰ ਚੰਗੇ ਨਹੀਂ ਹੋਣਗੇ ਇਹਦਾ ਮਤਲਬ ਹਲਕੇ ਕਪੂਰਥਲੇ ਚ ਵਰਕਰ ਘੱਟ ਦਾ ਆਪ ਤੇ ਲੀਡਰ ਜ਼ਿਆਦਾ ਨੇ। ਆ ਦੇਖੋ ਤੁਸੀਂ ਪ੍ਰੈਸ ਕੋਲ ਤੁਹਾਨੂੰ ਪਤਾ ਹੀ ਆ, ਇਹ ਥੋੜਾ ਜਿਹਾ ਇੱਥੇ ਨਾ ਫੋਟੋ ਲਵਾਉਣ ਦਾ ਉਹ ਟ੍ਰੈਂਡ ਚੱਲਿਆ ਹੋਇਆ, ਇਹ ਕੰਮ ਘੱਟ ਕਰਦੇ ਨੇ, ਫੋਟੋ ਜ਼ਿਆਦੀਆਂ ਲਵਾਉਂਦੇ ਆ, ਇਸ ਕਰਕੇ ਨੁਕਸਾਨ ਹੋਇਆ।